ਕਰਨਾਲ ਦੇ ਇੰਦਰੀ ਦੇ ਡਬਕੌਲੀ ਖੁਰਦ ਪਿੰਡ ਵਿੱਚ ਅੱਗ ਨੇ ਇਸ ਤਰ੍ਹਾਂ ਖਹਿਟਾਇਆ ਜਿਸ ਵਿੱਚ ਅੱਧਾ ਦਰਜਨ ਪਰਿਵਾਰਾਂ ਦੇ ਆਸ਼ਿਆਨੇ ਉਜੜ ਗਏ ਅਤੇ ਨਾਲ ਹੀ ਨਾਲ ਮਕਾਨਾਂ ਵਿੱਚ ਰੱਖਿਆ ਲੱਖਾਂ ਰੁਪਏ ਦੀ ਨਕਦੀ ਵੀ ਸੜ ਕੇ ਸਵਾਹ ਹੋ ਗਈ। ਇਸ ਅੱਗ ਵਿੱਚ 3-4 ਮਵੇਸ਼ੀ ਵੀ ਝੁਲਸ ਕੇ ਮਰ ਗਏ। ਸੂਚਨਾ ਮਿਲਣ 'ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪੀੜਤਾਂ ਦਾ ਹਾਲ ਜਾਣਿਆ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਅਤੇ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ 'ਤੇ ਪਹੁੰਚ ਜਾਂਦੀਆਂ ਤਾਂ ਕਾਫ਼ੀ ਨੁਕਸਾਨ ਹੋਣ ਤੋਂ ਬਚ ਸਕਦਾ ਸੀ। ਕਰਨਾਲ ਤੋਂ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ 'ਤੇ ਪਹੁੰਚੀਆਂ। ਮੇਰਾ ਨਾਮ ਇੰਦਰਾ ਸਿੰਘ ਹੈ ਜੀ। ਜੈਸੇ ਕਿ ਬਿਜਲੀ ਕੇ ਲਾਈਨ ਨਾ ਆਈ ਰਹੀ ਮਾਰਾ 4 ਕਿਲੋ ਦੂਰ ਸੇ ਮੈਂ ਡੋਰੀਆਂ ਕੇ ਰੱਖੀ। ਮੀਟਰ ਤਾਂ ਮਾਰਾ ਕਾਫੀ ਦਿਨ ਤਾਂ ਲੱਗੇ ਤੇ ਪਰ ਮਾਰਾ ਅਲੱਗ ਲਾਈਨ ਨਹੀਂ ਖਜੀ ਤੋਂ ਵਹਾਂ ਸੀ ਜੋ ਮੀਟਰ ਮੈਂ ਐਗ ਲੱਗੀ ਤੋ ਜਿਤਨਾ ਵੀ ਥਾ ਨਾ ਜੀ 8 ਘਰੋਂ ਕਾ ਪਰਿਵਾਰ ਜਿਤਨਾ ਵੀ ਥਾ ਉਸਕੇ 60-70 ਬਾਲਕ ਬੱਚੇ ਜਿਤਨੇ ਵੀ ਆਏ ਸਭ ਸੜਕ ਕੋ ਬੈਠਾ ਜੀ। ਹਮ ਤੋ ਸਰਕਾਰ ਸੇ ਮੰਗ ਕਰਤੇ ਹੈ ਕਿ ਬਈ ਜਲਦੀ ਸੇ ਜਲਦੀ ਇਨਕਾ ਵਿਚਾਰੋ ਕੋ ਪਰਾਲਾ ਹੋ ਜਾਣਾ ਚਾਹੀਏ ਅਨਿਆ ਤੋ ਵਿਚਾਰੇ ਸੜਕ ਪਈ ਬੈਠਾ ਹੈ। ਇਹ ਬਿਜਲੀ ਕੀ ਤਾਰ ਸੇ ਲੱਗੀ ਜੀ, ਲਾਈਟ ਆਈ 5 ਮਿੰਟ ਕੇ ਬਾਅਦ ਸਪਾਰਕਿੰਗ ਹੋਈ ਉਸ ਸੇ ਆਗ ਲੱਗੀ ਜੀ। ਔਰ ਯਹਾਂ ਜਿਨਕੇ ਘਰੋਂ ਆਗ ਲੱਗੀ ਉਹ ਆਪਣੀ ਮਜ਼ਦੂਰੀ ਕਰਨ ਕੇ ਲਿਏ ਗਏ ਹੋਏ ਥੇ। ਉਨਕੀ 3 ਮਾਸੇ ਅਨਾਜ ਜੋ ਵੀ ਘਰ ਮੈਂ ਥਾ ਉਹ ਸਭ ਜਲ ਗਿਆ ਜੀ, ਕੁਛ ਨਹੀਂ ਬਚਾ ਪੈਸੇ ਤੇ। ਔਰ ਇਨਕੀ ਬਰਾਬਰ ਮੈਂ ਜੋ ਪੜੋਸੀ ਥੇ ਦੂਸਰੇ ਵਾਲੇ ਨਿਰੰਜਨ ਇਨਕਾ ਵੀ ਕੁਛ ਨਹੀਂ ਬਚਾ ਜੀ, ਇੱਕ ਮਾਸ ਔਰ ਜੀ ਅਨਾਜ ਖਾਣੇ ਕਾ ਪੈਸਾ ਦਿੱਲੀ ਜੋ ਵੀ ਥਾ ਘਰ ਮੈਂ ਸਭ ਕੁਛ ਜਲ ਗਿਆ ਜੀ। ਬਿਜਲੀ ਕੀ ਸਪਾਰਕਿੰਗ ਸੇ ਹੋਈ ਹੈ ਔਰ ਇਸਮੇ 4 ਬੈਂਸੇ ਜੋ ਬਤਾਇਆ ਮੈਨੇ ਜੋ ਰਿਪੋਰਟ ਅਭੀ ਜੋ ਲੀ ਹੈ ਜੋ ਦੇਖਾ ਹੁਆ ਹੈ 4 ਬੈਂਸੇ ਹੈ ਔਰ 7-8 ਇਸਕੇ ਤੂੜੀ ਕੇ ਕੂਪ ਹੈ ਕੁਛ ਬਿਟੌੜੇ ਹੈ ਔਰ ਇਨਕੇ ਕੁਛ ਵਿਚਾਰੋ ਕੇ ਮਕਾਨ ਥੇ ਜੋ ਗਰੀਬ ਆਦਮੀਓ ਕੇ ਹੈ ਇਸਮੇ ਬਹੁਤ ਜ਼ਿਆਦਾ ਲੋਸ ਹੈ। ਐਕਚੁਅਲ ਲੋਸ ਤੋ ਹਮ ਕੱਲ ਮੋਰਨਿੰਗ ਮੈਂ ਕੈਲਕੂਲੇਟ ਕਰ ਪਾਏਗੇ ਲੇਕਿਨ ਇਸਮੇ ਭਗਵਾਨ ਕੀ ਦਿਆ ਸੇ ਕੋਈ ਆਦਮੀ ਵਗੈਰਾ ਕਾ ਨਹੀਂ ਹੁਆ ਔਰ ਯੇ ਮਜ਼ਦੂਰੋ ਕੇ ਘਰ ਥੇ ਕਿਉਂਕਿ ਮਜ਼ਦੂਰ ਮਜ਼ਦੂਰੀ ਵਗੈਰਾ ਪਰ ਗਏ ਹੋਏ ਥੇ ਤੋ ਇਸਲੀਏ ਉਨਕੋ ਪਤਾ ਵੀ ਨਹੀਂ ਲੱਗ ਪਾਇਆ। ਅਭੀ ਹਮਨੇ ਜੋ ਲੋਕੋ ਸੇ ਬਾਤ ਕੀ ਹੈ ਉਨ੍ਹਾਂ ਨੇ ਇਹ ਬਤਾਇਆ ਕਿ ਯੇ ਜੋ ਸਪਾਰਕਿੰਗ ਹੈ ਜੋ ਬਿਜਲੀ ਕੇ ਜੋ ਲਾਈਨ ਕੇ ਜੋ ਬਿਨਾ ਖੰਭੇ ਕੇ ਜੋ ਲੱਗੀ ਹੋਈ ਹੈ ਬਿਜਲੀ ਉਸਕੀ ਸਪਾਰਕਿੰਗ ਸੇ ਔਰ ਬਿਟੌੜੇ ਵਗੈਰਾ ਮੈਂ ਆਗ ਲੱਗੀ ਹੈ ਜਿਸ ਸੇ ਆਗ ਫੈਲ ਗਈ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।